ਇਸ਼ਕ 'ਚ ਅੰਨੀ ਹੋਈ ਔਰਤ ਨੇ ਕੀਤਾ ਆਪਣੀ ਧੀ ਦਾ ਕਤਲ। ਰਿਸ਼ਤੇ 'ਚ ਜੇਠ ਲੱਗਦੇ ਸ਼ਖਸ ਨਾਲ ਸੀ ਪ੍ਰੇਮ ਸੰਬੰਧ। ਪਤੀ ਕਰਦਾ ਹੈ ਫੌਜ ਦੇ ਵਿੱਚ ਨੌਕਰੀ, ਪਿੱਛੋਂ ਕੀਤੀ ਆ ਕਰਤੂਤ। 13 ਸਾਲ ਦੀ ਮਾਸੂਮ ਬੱਚੀ ਨੂੰ ਦਿੱਤਾ ਜ਼ਹਿਰ, ਫਿਰ ਕੁੱਟਿਆ ਗਲਾ। ਪ੍ਰੇਮੀ ਦੇ ਨਾਲ ਮਿਲ ਕੇ ਕੀਤੀਆਂ ਸਾਰੀਆਂ ਹੱਦਾਂ ਪਾਰ। ਮੋਹਾਲੀ ਦੇ ਪਿੰਡ ਸ਼ਾਮਪੁਰ ਦੇ ਵਿੱਚ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਮਾਂ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੀ ਹੀ ਧੀ ਦਾ ਕਤਲ ਕੀਤਾ। 13 ਸਾਲ ਦੀ ਮਾਸੂਮ ਬੱਚੀ ਨੂੰ ਪਹਿਲਾਂ ਜ਼ਹਿਰ ਦਿੱਤਾ ਗਿਆ, ਫਿਰ ਉਸਦਾ ਗਲਾ ਵੀ ਕੁੱਟ ਦਿੱਤਾ, ਇੱਥੋਂ ਤੱਕ ਉਸਦਾ ਸੰਸਕਾਰ ਵੀ ਕਰ ਦਿੱਤਾ। ਪਿੰਡ ਦੇ ਵਿੱਚ ਕੋਈ ਸ਼ਖਸ ਜੋ ਕਿ ਰਿਸ਼ਤੇ ਦੇ ਵਿੱਚ ਮਾਸੂਮ ਬੱਚੀ ਦਾ ਤਾਇਆ ਲੱਗਦਾ ਸੀ, ਉਸਦੇ ਨਾਲ ਮਿਲ ਕੇ ਇਹ ਵਾਰਦਾਤ ਕੀਤੀ ਗਈ। ਪ੍ਰੀਤ ਕੌਰ ਨੂੰ ਮਾਂ ਦੇ ਨਾਜਾਇਜ਼ ਸੰਬੰਧਾਂ ਬਾਰੇ ਪਤਾ ਲੱਗ ਗਿਆ ਸੀ, ਜਿਸ ਦੇ ਚੱਲਦੇ ਕਲਯੁਗੀ ਮਾਂ ਨੇ ਆਪਣੇ ਰਿਸ਼ਤੇ ਦੇ ਵਿੱਚ ਜੇਠ ਲੱਗਦੇ ਸ਼ਖਸ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਬਾਅਦ ਵਿੱਚ ਆਪਣੇ ਆਸ਼ਕ ਨਾਲ ਮਿਲ ਕੇ ਹੀ ਬੱਚੀ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ। ਮੁਲਜ਼ਮ ਅੰਗਰੇਜ਼ ਕੌਰ ਦਾ ਪਤੀ ਫੌਜ ਦੇ ਵਿੱਚ ਨੌਕਰੀ ਕਰਦਾ ਹੈ ਔਰ ਇਹਨਾਂ ਦੇ 3 ਬੱਚੇ ਨੇ, 2 ਬੇਟੀਆਂ ਅਤੇ 1 ਬੇਟਾ। ਇਹ ਸਭ ਤੋਂ ਵੱਡੀ ਲੜਕੀ ਸੀ, 9ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ, ਜਿਸ ਦਾ ਉਸਦੀ ਮਾਂ ਦੇ ਵੱਲੋਂ ਕਤਲ ਕੀਤਾ ਗਿਆ। ਤਾਂ ਇਸ ਕਲਯੁਗੀ ਮਾਂ ਦੇ ਆਪਣੇ ਰਿਸ਼ਤੇ ਦੇ ਵਿੱਚ ਜੇਠ ਲੱਗਦੇ ਸ਼ਖਸ ਨਾਲ ਪ੍ਰੇਮ ਸੰਬੰਧ ਸਨ, ਜਿਨ੍ਹਾਂ ਦਾ ਇਸ ਮਾਸੂਮ ਬੱਚੀ ਨੂੰ ਪਤਾ ਲੱਗ ਗਿਆ ਸੀ। ਇਸੇ ਦੇ ਚੱਲਦੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ਼ਕ 'ਚ ਅੰਨੀ ਹੋਈ ਔਰਤ ਨੇ ਕੀਤਾ ਆਪਣੀ ਧੀ ਦਾ ਕਤਲ। ਰਿਸ਼ਤੇ 'ਚ ਜੇਠ ਲੱਗਦੇ ਸ਼ਖਸ ਨਾਲ ਸੀ ਪ੍ਰੇਮ ਸੰਬੰਧ। ਪਤੀ ਕਰਦਾ ਹੈ ਫੌਜ ਦੇ ਵਿੱਚ ਨੌਕਰੀ, ਪਿੱਛੋਂ ਕੀਤੀ ਆ ਕਰਤੂਤ। 13 ਸਾਲ ਦੀ ਮਾਸੂਮ ਬੱਚੀ ਨੂੰ ਦਿੱਤਾ ਜ਼ਹਿਰ, ਫਿਰ ਕੁੱਟਿਆ ਗਲਾ। ਪ੍ਰੇਮੀ ਦੇ ਨਾਲ ਮਿਲ ਕੇ ਕੀਤੀਆਂ ਸਾਰੀਆਂ ਹੱਦਾਂ ਪਾਰ। ਮੋਹਾਲੀ ਦੇ ਪਿੰਡ ਸ਼ਾਮਪੁਰ ਦੇ ਵਿੱਚ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਮਾਂ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੀ ਹੀ ਧੀ ਦਾ ਕਤਲ ਕੀਤਾ। 13 ਸਾਲ ਦੀ ਮਾਸੂਮ ਬੱਚੀ ਨੂੰ ਪਹਿਲਾਂ ਜ਼ਹਿਰ ਦਿੱਤਾ ਗਿਆ, ਫਿਰ ਉਸਦਾ ਗਲਾ ਵੀ ਕੁੱਟ ਦਿੱਤਾ, ਇੱਥੋਂ ਤੱਕ ਉਸਦਾ ਸੰਸਕਾਰ ਵੀ ਕਰ ਦਿੱਤਾ। ਪਿੰਡ ਦੇ ਵਿੱਚ ਕੋਈ ਸ਼ਖਸ ਜੋ ਕਿ ਰਿਸ਼ਤੇ ਦੇ ਵਿੱਚ ਮਾਸੂਮ ਬੱਚੀ ਦਾ ਤਾਇਆ ਲੱਗਦਾ ਸੀ, ਉਸਦੇ ਨਾਲ ਮਿਲ ਕੇ ਇਹ ਵਾਰਦਾਤ ਕੀਤੀ ਗਈ। ਪ੍ਰੀਤ ਕੌਰ ਨੂੰ ਮਾਂ ਦੇ ਨਾਜਾਇਜ਼ ਸੰਬੰਧਾਂ ਬਾਰੇ ਪਤਾ ਲੱਗ ਗਿਆ ਸੀ, ਜਿਸ ਦੇ ਚੱਲਦੇ ਕਲਯੁਗੀ ਮਾਂ ਨੇ ਆਪਣੇ ਰਿਸ਼ਤੇ ਦੇ ਵਿੱਚ ਜੇਠ ਲੱਗਦੇ ਸ਼ਖਸ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਬਾਅਦ ਵਿੱਚ ਆਪਣੇ ਆਸ਼ਕ ਨਾਲ ਮਿਲ ਕੇ ਹੀ ਬੱਚੀ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ। ਮੁਲਜ਼ਮ ਅੰਗਰੇਜ਼ ਕੌਰ ਦਾ ਪਤੀ ਫੌਜ ਦੇ ਵਿੱਚ ਨੌਕਰੀ ਕਰਦਾ ਹੈ ਔਰ ਇਹਨਾਂ ਦੇ 3 ਬੱਚੇ ਨੇ, 2 ਬੇਟੀਆਂ ਅਤੇ 1 ਬੇਟਾ। ਇਹ ਸਭ ਤੋਂ ਵੱਡੀ ਲੜਕੀ ਸੀ, 9ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ, ਜਿਸ ਦਾ ਉਸਦੀ ਮਾਂ ਦੇ ਵੱਲੋਂ ਕਤਲ ਕੀਤਾ ਗਿਆ। ਤਾਂ ਇਸ ਕਲਯੁਗੀ ਮਾਂ ਦੇ ਆਪਣੇ ਰਿਸ਼ਤੇ ਦੇ ਵਿੱਚ ਜੇਠ ਲੱਗਦੇ ਸ਼ਖਸ ਨਾਲ ਪ੍ਰੇਮ ਸੰਬੰਧ ਸਨ, ਜਿਨ੍ਹਾਂ ਦਾ ਇਸ ਮਾਸੂਮ ਬੱਚੀ ਨੂੰ ਪਤਾ ਲੱਗ ਗਿਆ ਸੀ। ਇਸੇ ਦੇ ਚੱਲਦੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।